ਜਿਵੇਂ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਊਗਾ ਕਿ ਆਪਾਂ 6 ਕਿਲੋਮੀਟਰ ਦਾ ਟਰੈਕ ਪੂਰਾ ਕਰਕੇ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਗਏ ਸੀ ਦਰਸ਼ਨ ਕਰਨ ਦੇ ਲਈ, ਅਤੇ ਆਪਾਂ ਚੱਲਦੇ ਹਾਂ ਹੁਣ ਦਰਸ਼ਨ ਕਰਦੇ ਹਾਂ। ਅਤੇ ਪਹਿਲਾਂ ਆਪਾਂ ਇੱਥੇ ਜੋੜਾ ਘਰ 'ਚ ਜੋੜੇ ਜਮ੍ਹਾਂ ਕਰਾਉਂਦੇ ਹਾਂ, ਅਤੇ ਬਾਕੀ ਐਵੇਂ ਦੇ ਪਹਾੜ ਨੇ ਅਤੇ ਐਵੇਂ ਦੀ ਬਰਫ਼ ਆ ਦੇਖ ਸਕਦੇ ਹੋ, ਅਤੇ ਬਾਕੀ ਆਪਾਂ ਚੱਲਦੇ ਹਾਂ ਹੁਣ ਜੋੜੇ ਘਰ 'ਚ ਜੋੜੇ ਜਮ੍ਹਾਂ ਕਰਾਉਂਦੇ ਹਾਂ। ਲਓ ਜੀ, ਇੱਧਰ ਜੋੜਾ ਘਰ ਹੈਗਾ ਜੀ, ਆਪਾਂ ਇੱਥੇ ਜੋੜੇ ਜਮ੍ਹਾਂ ਕਰਾ ਤੇ, ਅਤੇ ਆਹ ਆਪਾਂ ਨੂੰ ਟੋਕਨ ਮਿਲ ਗਿਆ, ਅਤੇ ਹੁਣ ਆਪਾਂ ਇਸ਼ਨਾਨ ਕਰਦੇ ਹਾਂ। ਵਾਹਿਗੁਰੂ। ਅਤੇ ਆਲੇ ਦੁਆਲੇ ਸਾਰੀ ਬਰਫ਼ ਹੀ ਬਰਫ਼ ਆ, ਜਿਵੇਂ ਤੁਸੀਂ ਦੇਖ ਵੀ ਸਕਦੇ ਹੋ। ਨਿਸ਼ਾਨ ਸਾਹਿਬ ਬਾਕੀ ਇਸ਼ਨਾਨ ਕਰਦੇ ਹਾਂ। ਬਾਕੀ ਇੱਧਰ ਦਰਬਾਰ ਸਾਹਿਬ, ਅਤੇ ਸਾਹਮਣੇ ਹੁਣ ਆਪਾਂ ਸਰੋਵਰ 'ਚ ਇਸ਼ਨਾਨ ਕਰਦੇ ਹਾਂ ਜੀ। ਅਤੇ ਬਰਫ਼ ਦੇ ਕਰਾਂ ਵੀਡੀਓ ਕਾਲ ਤੇ ਹੁਣ ਆਪਾਂ ਕਰਦੇ ਹਾਂ ਇਸ਼ਨਾਨ ਜੀ। ਇਸ਼ਨਾਨ ਦੇ ਲਈ ਬਣਿਆ ਹੋਇਆ ਬਾਕੀ ਆ ਸਾਰੀ ਇੱਥੇ ਬਰਫ਼ ਜੰਮੀ ਹੋਈ। ਚੱਲ ਤੇ ਲਓ ਜੀ, ਆਪਾਂ ਪਹੁੰਚ ਗਏ ਸ਼੍ਰੀ ਹੇਮਕੁੰਟ ਸਾਹਿਬ। ਮੈਂ ਇਸ਼ਨਾਨ ਕਰ ਲਿਆ, ਹੁਣ ਅੰਮ੍ਰਿਤ ਚੱਲਿਆ ਕਰਨਾ। ਚਲੋ ਜੀ, ਚਲੋ ਚਲੋ ਜੀ, ਹੁਣ ਆਪਾਂ ਇਸ਼ਨਾਨ ਕਰ ਲਿਆ ਜੀ, ਹੁਣ ਆਪਾਂ ਚੱਲਦੇ ਹਾਂ, ਅਰਦਾਸ ਹੋਊਗੀ, ਅਰਦਾਸ 'ਚ ਸ਼ਾਮਿਲ ਹੁੰਦੇ ਹਾਂ। ਹੋ, ਇੱਕ ਵਾਰੀ ਠੰਡ ਲੱਗਦੀ ਆ, ਮੁੜ ਕੇ ਚੱਲ ਫਿਰ ਠੀਕ ਰਹਿੰਦਾ। ਬਾਕੀ ਵਾਹਿਗੁਰੂ ਦਾ ਨਾਂ ਲੈ ਕੇ ਕਰ ਲਵੇ ਇਸ਼ਨਾਨ। ਬਾਕੀ ਸੰਗਤ ਬਹੁਤ ਆਈ ਹੋਈ ਆ। ਚੱਲੀਏ, ਆਪਣੀਆਂ ਸਟਿੱਕਾਂ ਕਿੱਥੇ ਰਹਿ ਗਈਆਂ? ਉੱਥੇ ਰਹਿ ਗਈ। ਅਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ 'ਚ, ਮੱਥਾ ਟੇਕਦੇ ਹਾਂ ਜੀ। ਅਤੇ ਦਰਬਾਰ ਸਾਹਿਬ ਉੱਪਰ ਆਈ ਜੀ, ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆ ਗਏ। ਕੋਈ ਸ਼ਿਵ ਤੁਸੀਂ ਆ
ਗੱਲ ਲੈ ਚੱਲਦੇ ਮੈਂ ਨਾ ਪੀਪੀ ਲੈਣੀ ਬਣੀ ਆਪਾਂ ਹੈ ਹਾਂ ਪੀਪੀ ਲੈਣੀ ਬਣੀ ਆਪਾਂ ਤੇ ਅੱਗੇ ਆ ਜੀ ਸ਼੍ਰੀ ਲੋਕਪਾਲ ਲਕਸ਼ਮੀ ਮੰਦਿਰ ਤੁਹਾਨੂੰ ਉਹਦੇ ਦਰਸ਼ਨ ਕਰਾਉਂਦੇ ਹਾਂ ਤੇ ਆ ਪਾਣੀ ਚੱਲਦਾ ਇੱਧਰ ਬਰਫ਼ ਪਿਘਲ ਕੇ ਤੇ ਆਹ ਆਪਾਂ ਪੀਪੀ ਲਈ ਆ 100 ਰੁਪਏ ਦੀ ਜਲ ਜਾਣ ਵਾਸਤੇ ਬਾਕੀ ਆਲੇ ਦੁਆਲੇ ਬਰਫ਼ ਹੀ ਬਰਫ਼ ਆ ਅਤੇ ਆਹ ਜੀ ਸ਼੍ਰੀ ਲੋਕਪਾਲ ਲਕਸ਼ਮੀ ਮੰਦਿਰ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਹੁਣ ਬਾਕੀ ਉੱਪਰ 7 ਚੋਟੀ ਦੇ ਉੱਪਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਆਪਾਂ ਨੂੰ ਉਹ ਦਿਖ ਰਹੇ ਹੋਣੇ ਜਿਵੇਂ ਆਹ ਦੇਖੋ ਆਹ ਦਿਖਦਾ ਆਹ ਦੇਖੋ ਜੀ ਇੱਦਾਂ ਲੱਗੇ ਹੋਏ ਨੇ ਅਤੇ ਜਿਹੜੀ ਸਾਨੂੰ ਸ਼ਾਇਦ ਦਿਖਦੇ ਹੋ ਕਲੀਅਰ 4 ਦਾ ਦਿਖ ਜਾਣਗੇ ਆਹ ਪਹਿਲੀਆਂ 3 ਚੋਟੀਆਂ ਤੇ ਨੇ ਨਾ ਹਾਂ ਇਹ ਦੇਖਦੇ ਜੀ ਚੱਲੇ ਵਾਹਿਗੁਰੂ ਜੀ ਗੰਬੇ
ਲਓ ਜੀ ਤੇਰਾ ਲੰਗਰ ਹਾਲ ਪੌਣੇ ਕੁ ਦੋ ਵਜੇ ਦਾ ਚਲੋ ਟਾਈਮ ਹੋ ਗਿਆ ਤੇ ਇੱਥੋਂ ਆਪਾਂ ਹੁਣ ਵਾਪਸੀ ਵੀ ਰਾਹੁਲ ਰਾਹੁਲ ਕਿਉਂ ਬਾਲਾ ਦੇ ਦੋ ਵਜੇ ਡੁੱਜਾ ਯਾਰ ਦਰਬਾਰ ਸਾਹਿਬ 'ਚ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਲੰਗਰ ਹਾਲ ਦੇ ਵਿੱਚ ਜਾਵਾਂਗੇ ਲੰਗਰ ਹਾਲ ਇਡਲੀ ਸਾਈਡ ਨੇ ਲਓ ਜੀ ਪੌਣੇ ਦੋ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਕਰਨ ਲੱਗਿਆ ਵਾਪਸੀ ਹੁਣ ਆਪਾਂ ਚੱਲੇ ਨੀਚੇ ਤੇ ਹੁਣ ਆਪਾਂ ਤੁਹਾਨੂੰ ਨੀਚੇ ਜਾਂਦੇ ਸਾਰਾ ਦਿਖਾਵਾਂਗੇ ਤੇ ਬਾਕੀ ਆਪਾਂ ਦਰਸ਼ਨ ਕਰ ਲਏ ਬਾਕੀ ਵਾਲੇ ਦਾ ਸਾਰੇ ਬਸ ਆ ਲਓ ਜੀ ਵਾਪਸੀ ਲਈ ਆਪਾਂ ਪੌੜੀਆਂ ਲਈ ਜਾ ਰਹੇ ਹਾਂ ਅਤੇ ਆਪਾਂ ਆਇਓ ਦੂਏ ਰਸਤੇ ਲਈ ਅਤੇ ਆਪਾਂ ਵਾਪਸੀ ਪੌੜੀਆਂ ਲਈ ਕਰ ਰਹੇ ਹਾਂ ਅਤੇ ਐਵੇਂ ਦੀਆਂ ਪੌੜੀਆਂ ਨੇ ਅਤੇ ਹੌਲੀ ਹੌਲੀ ਉੱਤਰ ਗੋਲ ਅਤੇ ਥੱਲੇ ਨੂੰ ਢਾਲ ਬਹੁਤ ਆ ਚੜਾਈ ਬਹੁਤ ਆ ਉੱਪਰ ਨੂੰ ਅਤੇ ਢਾਲ ਮੈਨੂੰ ਜ਼ਿਆਦਾ ਹੀ ਦਿੰਦੇ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਸ਼੍ਰੀ ਹੇਮਕੋਟ ਸਾਹਿਬ ਦੇ ਦਰਸ਼ਨ ਕਰਾਏ ਆ ਜੀ ਅਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਅਤੇ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਨੀਚੇ ਉੱਤਰ ਲੱਗੇ ਚੜ੍ਹਾਈ ਕਿੰਨਾ ਕੁ ਔਖਾ ਕਰਦੀ ਹੈ ਅਤੇ ਕਿਵੇਂ ਨੀਚੇ ਉੱਤਰ ਹੁੰਦਾ ਕਿਵੇਂ ਦਾ ਟਰੈਕ ਆ ਸਾਰਾ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਤੁਹਾਡਾ ਸਾਰਿਆਂ ਦਾ ਇੱਥੇ ਵੀਡੀਓ ਦੇਖਣ ਲਈ ਧੰਨਵਾਦ ਜੀ ਲਓ ਜੀ ਪਹਾੜਾਂ ਦਾ ਵਿਊ ਦੇਖੋ ਕਿੰਨੀ ਬਰਫ਼ ਪੈ ਚੁੱਕੀ ਆ
ਤੇ ਆਪਾਂ ਨੀਚੇ ਨੂੰ ਆ ਰਹੇ ਹਾਂ, ਪੌੜੀਆਂ 'ਤੇ ਆ ਰਹੇ ਹਾਂ ਅਜੇ, ਅਤੇ ਕਾਫੀ ਆਪਾਂ ਨੀਚੇ ਆ ਚੁੱਕੇ ਹਾਂ ਅਤੇ ਬਰਫ਼ ਦੇਖੋ ਕਿੰਨੀ ਜ਼ਿਆਦਾ ਪੈ ਗਈ, ਨਾਲੇ ਠੰਡ ਹੋ ਗਈ ਅਤੇ ਬੱਦਲ ਵੀ ਹੋ ਗਿਆ, ਬਾਕੀ ਬਰਫ਼ ਦੇਖੋ ਅਤੇ ਬਰਫ਼ ਅੱਗੇ ਨੂੰ ਜ਼ਿਆਦਾ ਪਿਘਲ ਗਈ, ਬਰਫ਼ ਪੈ ਵੀ ਹੋ ਗਈ ਅਤੇ ਪਿਘਲ ਵੀ ਬਹੁਤ ਲੱਗ ਗਈ, ਪਾਣੀ ਪਾਣੀ ਹੋਇਆ ਪਿਆ, ਚੱਲਦੇ ਹਨ ਆਪਾਂ ਨੀਚੇ ਹੋਰ।